सारे दर्शकान प्रियंका कोहाड़ की राम राम और आज पहुंच रहे हैं जींद जिले के तारखा गांव में और तारखा गांव में दादी हरदेई दौरे पहुंच रहे हैं जो गांव में सब तड्डी है इस तरह बड्डा कोई नहीं 108 साल की दादी होगी है एक साल में दादी ला रही है और अगर बात करें तो दादी के दांत भी हठका जामे हैं जोकर बच्चा का जामे आकर काले बाढ़ आ गए हैं और आज भी दादी तंदुरुस्त है ये देखो इतने बड़े बड़े बालक बैठे हैं दादी के दादी का लड़का है और जो दादी की बड्डी छोरी है वह मरी है आठ नौ साल पहला मतलब वे सत्तर था, था, और अस्सी के बीच में हो मरी है उसने नौ साल करीब मरीने भी हो गए तो वह दादी की बड़ी लड़की थी और बड़ी लड़की का भी पड़पोते हो रहे हैं तो यह दादी है तो आप अंदाजा लगा सको कि दादी कितने साल की होगी दादी राम राम है राम राम ठीक होगी दादी मरण जी को करता? ना करता <laughs>

ਇਹ ਦਾਦੀ 108 ਸਾਲ ਕੀ ਹੋਗੀ ਹੈ 108 ਸਾਲ ਕੀ ਹੋਗੀ ਹਾਂ ਹੋਗੀ ਹਾਂ ਹੋਗੀ 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 ਬੇਟੀ ਫਿਰ ਮੋਰ ਨਾ ਕਤੀ ਜੀ ਨਹੀਂ ਕਰਤਾ ਮਤਲਬ 108 ਸਾਲ ਕਿਹਾ ਪਾਛੇ ਵੀ ਮੈਂ ਨਾ ਤਾਂ ਦੀ ਕੋਈ ਨਹੀਂ ਕਰਦਾ ਫਿਰ ਦੇ ਜੇਗਾ ਦੇ ਕੀ ਕਰੂੰਗੀ ਨਾ ਹੀ ਬਤੋ ਠੱਡੀ ਪੜੀ ਹੈ ਹੋਰ ਇਹ ਦਾਦੀ ਹਾਂ ਕਿ ਕਿ ਖਾ ਪੀ ਲੈ ਹੈ ਹੈ ਕਿ ਕਿ ਖਾ ਲੈ ਹੈ ਮੈਂ ਦੇਖਤ ਨਹੀਂ ਬੀਤਾ ਬਲੀ ਹੂੰ ਚੁਨੇ ਚਾਬਲੀ ਹੈ ਹਾਂ ਅੱਛਾ ਗੰਡਾ ਦੂਸਰੇ ਔਰ ਕੁਥੇ ਤੇ ਹੀ ਦੋ ਦੇਖਿਆ ਰੋਟੀ ਪਾਣੀ ਸਾਰੀ ਤੀ ਦੇ ਠੀਕ ਖਾਉ ਅੱਛਾ ਗੰਡਾ ਵੀ ਚੂਸਲੇ ਹੈ ਗੰਡਾ ਵੀ ਤੇ ਇਸੇ ਲਈ ਹੂੰ ਗੰਡਾ ਵੀ ਚੂਸਲੇ ਹੈ ਹਾਂ ਅੱਛਾ ਐ ਦਾਦੀ दांत ਅਟਕਾ ਗਏ ਦੰਦ ਦੇਖੀਏ ਕੀ ਹੈ ਹੈ ਔਰ ਦਰਦ ਦੁਰਦ ਮੇਰੀ ਠੀਕ ਸ ਹੈ ਠੀਕ ਸ ਹੈ ਕੋਤੀ ਮਜ਼ਬੂਤ ਲੇਰੀ ਸਾਰੀ ਹਾਂ ਅੱਛਾ ਐ ਦਾਦੀ ਪਹਿਲੇ ਕੀ ਬਾਤ ਯਾਦ ਹੈ ਵਾਹ ਲੋਕ ਬੈਠੀ ਜੋ ਸੋਧੀ ਸੀ ਦਿੱਤ ਕੀ ਤੋਂ ਦੀ ਐਦ ਸੇ ਵੀ ਉਹ ਕੇ ਐਦ ਦਦੀ ਜੇ ਵਿਆਹ ਹੋਇਆ ਕਾ ਇੱਕ ਸਾਲ ਕੀ ਥੀ ਹੈ ਬੇਟੀ ਵਿਆਹ ਹੋਇਆ ਜੋ ਤੋ 19 ਸੀ 20 ਸਾਲ ਕੀ ਹੋ ਰਹੀ ਥੀ 19 20 ਸਾਲ ਕੀ ਹੋ ਰਹੀ ਥੀ ਫਿਰ ਦਦੀ ਕਿਆ ਮੈਂ ਬਿਠਾ ਕੇ ਲਿਆ ਥਾ ਮੇਰਾ ਦਾਦਾ ਕੇ ਥੇ ਗੱਡੀ ਗੁੱਡੀ ਆ ਮਿਲੇ ਥੇ ਕੇ ਲੈਣ ਮਿਲਿਆ ਮੈਂ ਲੈ ਦਾਦੀ ਨੇ ਸ਼ਿਕਾਤ ਸੇ ਗੱਡੀ ਗੁੱਡੀਆਂ ਮਿਲਾਏ ਥੇ ਵੱਡੀ ਗੱਡੀ ਨਾਲ ਲੈ ਕੇ ਗਿਆ ਹੋਰ ਐ ਦਾਦੀ ਦਮਣ ਪਰ ਕਾਈ ਥੀ ਹਾਂ ਹਾਂ ਅਰ ਟੂਮ ਕੇ ਕੇ ਪਰ ਕਾਈ ਥੀ ਟੂਮ ਜਮਾ ਉਰ ਲੱਕੀ ਥੀ ਜਮਾ ਅੱਛਾ ਹਾਂ ਸਾਰੀ ਟੂਮ ਥੀ ਰਮਦੋਲ ਦਾ ਤੀ ਪਾਤੀ ਕੜੀ ਛਲ ਕੜੇ ਅੱਛਾ ਗਿਟੀਆਂ ਕੇ ਮਰੇ ਉਰ ਲੋਕ ਪਰਵਰੇ ਕਰਦੇ ਪਰ ਬੁਰਾ ਕਰਦੇ ਆਣੇ ਬਤੂਏ ਇਹਦਾ ਦਿੱਤਾ ਚੜਿਆ ਕਰਤਾ ਵਿਆਹ ਕਾ ਹੈ ਚੜਿਆ ਕਰਤਾ ਚਾ ਹੋਰ ਇਤਨੇ ਟੂਮ ਪੈਣ ਨਾ ਮਿਲਾਈ ਹੋਰ ਦਾਦੀ ਫਿਰ ਘਰਾ ਕਿਤਨੇ ਦਿਨ ਮਜ਼ਾਇਆ ਕਰਤੇ ਘਰਾਂ ਤੋਂ ਕੋਈ ਥੋੜੀ ਜਿਹਾ ਦਾਣ ਦੇ ਕਰਦੇ ਔਰ ਕੋਈ ਕਰਨ ਵਾਲਾ ਕੋਈ ਨਹੀਂ ਥਾ ਹੀ ਨਿਕਲ ਅੱਛਾ ਹਾਂ ਹਾਂ ਔਰ ਫਿਰ ਦਾਦੀ ਜਦ ਘਰਾ ਜਾਂਦੇ ਕੀ ਮਜ਼ਾਇਆ ਕਰਤੇ ਪੈਦਲ ਜਾਂਦੇ ਫੇ ਉਸ ਮੋਟਰ ਮਟਰਾਂ ਬੇਸਿਕ ਵੀ ਗੇਔਰ ਕੇ ਥਾ ਕਿਵੇਂ ਸੇ ਕੋਈ ਕੀ ਚੱਲਿਆ ਕਰਤੇ ਦਾਦੀ ਉਸ ਟਾਈਮ ਪਈ ਬੈਲ ਗੱਡੀ ਹੈ ਬੈਲ ਗੱਡੀ ਹੋਇਆ ਕਰਤੇ ਹਾਂ ਉਹ ਹੀ ਕਰਦੀ ਅੱਛਾ ਹਾਂ ਕੋ ਤਕੜਾਈ ਲੈਦੇ ਕਰਦਾ ਗਰੀਬ ਕਾ ਕੋਨ ਦਮ ਤੇ ਅੱਛਾ ਹਾਂ

ਕੇ ਕੇ ਬਹੁਤ ਦੇਖੇ ਮੁਸਲਮਾਨ ਦੇ ਅੱਛਾ ਮੁਸਲਮਾਨ ਅੱਛਾ ਹਾਂ ਲੁਗਾਈ ਥੋਟ ਨੇ ਬਹੁਤ ਦੇਖੇ ਹਮ ਅ ਬਾੜ ਵੀ ਆਦਾ ਦਦੀ ਬਾੜ ਆਇਆ ਕਰਤੀ ਪਹਿਲੇ ਆ ਇਹ ਤੋ ਕਮਾਉ ਬਾੜ ਇਹ ਤੋ ਬਗਾਇਆ ਤਾ ਵੇ ਥਾਰੇ ਟਮ ਮਮ ਦਾਦੀ ਬਾੜ ਆਈ ਜਬ ਜਬ ਕੇ ਕਰਿਆ ਕਰਤੇ ਬਾੜ ਆ ਜਾ ਕਰਤੀ ਬਾੜ ਆ ਜਾ ਕਰਤੀ ਜਬ ਕੇ ਕਰਿਆ ਕਰਤੇ ਬਾੜ ਬਾੜ

ਕੰਮ ਕਰਿਆ ਕਰਦੀ ਦਾਦੀ ਆ ਕੂਮਾ ਮੋਠਗ ਨਹੀਂ ਹੋਇਆ ਕਰਦੀ ਹੋਰ ਕੰਮ ਕੋਨੇ ਕਰਿਆ ਕੰਮ ਕਰਿਆ ਕਰਦੀ ਜੇ ਬੈਠੀ ਇਤਨਾ ਪਰਿਵਾਰ ਪਾਲ ਦਿਆ ਤੇ ਦਸ ਬਹੁ ਆ ਰਹੀ ਹੈ ਦਾਦੀ ਵਾਨੂ ਕਾ ਕੰਮ ਕੋਨ ਕਰਿਆ ਕਰਦੀ ਹੈ ਇਤਨਾ ਕੰਮ ਮੇਰੇ ਬਬੂਆ ਪਾ ਬਿਨ ਬਣਾ ਆ ਸਹੀ ਬਾਤ ਹੈ ਦਾਦੀ ਇਹ ਇੱਕ ਇੱਕ ਦੋ ਦੋ ਥੋੜ ਲੈ ਰਹੀ ਸੀ ਮੈਂ ਦੋ ਬਾਰਾ ਥੋੜ ਲੈ ਰਹੀ ਸੂ ਸਾਰੇ ਪਾਲ ਦਈਏ ਸਾਰੇ ਬੈਠ ਦਈਏ ਬਾਰਾ ਬਾਲਕ ਦਾਦੀ ਹਾਂ ਔਰ ਇਤਨੇ डेडे बढ़ हैं क्या छोरी है क्या छोरी है चार तो छोरी थी अच्छा छह छोरे छह छोरे दस हो गए दादी है? दस हो गए दस पाड़ दिए पाड़ दिए अरे ब्याह दिए ब्याह दिए हाँ कुरन छोड़ दिया एक भी कुरन रोटी पौन वाली सारी कर दी और बहु फिर भी नहीं काम कौन करती हाँ। और ये दो बहु तो ये बैठी और आ जाएगा जो थमदा ही नहीं रोड

ਦੇ ਦੇ ਜੋ ਖਾਲੀ ਕਿਉਂ ਨਹੀਂ ਖਾਲੀ ਆਈ ਸਾਲ ਗਲਵਾ ਆਈ ਸਾਲ ਗਲਵਾਉ ਦਦੀ ਆਈ ਸਾਲ ਤੋਂ ਗਰ ਰੰਗਾ ਲਾ ਹੈ ਹੂੰ ਅਰੂੰ ਦੇ ਸਾਰੀ ਤੀਜ ਦੇ ਦੇ ਹਥੀ ਤੀਜ ਕਰਨ ਦੇ ਅਗਰ ਨਹੀਂ ਪਤਾ ਦੇ ਸਾਰਿਆਂ ਕੀ ਸਜਲੀ ਹੈ ਸਾਰਿਆਂ ਹਾਂ ਸਾਰਿਆਂ ਕੀ ਲੈ ਲਿਓ ਸਾਰਿਆਂ ਕੀ ਲੈ ਲੈ ਸਹੀ ਬਾਤ ਸ ਹੈ ਜੇ ਨਹੀਂ ਤਾਂ ਦੇ ਮੈਂ ਕਰ ਤੈ ਲਿਓ ਦੇ ਪਤ ਤੋੜ ਦੇ ਨਹੀਂ ਐ ਦਦੀ ਹਾਂ ਛੋਮੇ ਵਿਆਹ ਜਾ ਕਦੇ ਹੂੰ

ए दी पहला खेती कराया करते बल्दा गिला करना बल्दा गिला कर फिर मेरे दादा का जबारा लेके जाया करती जाया अच्छा। <laughs> तो पता रोटी अच्छा। अः नहीं बुढ़े लटनी मार दे कै साल हो गए मेरे दादा ने गुजरे तो हो गए अच्छा टाइम हो गया फिर उस टाइम करते रोटियां ਰੋਟੀਆਂ ਮੈਂ ਕੁਥੇ ਬਣਾ ਲੈਤਾਏ ਬੇਟੀ ਸੁਤਰੀਤੀ ਦੇ ਲਿਆ ਲੂਆ ਕਰ ਲੰਦੇ ਹੂੰ ਬੇਟੀ ਤੁਰਮਾ ਕਰ ਲੰਦੇ ਅੱਛਾ ਸਾਤੀਤੀ ਦੇ ਕਰ ਲੰਦੇ ਜੁਨਸੀ ਦੀ ਕਰਦਾ ਆਥੇ ਦੋ ਦੋ ਤਿੰਨ ਤਿੰਨ ਮੈਂਸ ਰੱਖ ਕੇ ਕਰਦੇ ਹੂੰ ਹੈ ਆਥੇ ghee ਹੋਏ ਕਰਦੇ ਆਥੇ ਬਲਦ ਰੱਖ ਕੇ ਕਰਦੇ ਹੈ ਆਥੇ ਹਾਲੀ ਰੇ ਕਰਦੇ ਹੈ ਸਾਰੀ ਚੀਜ਼ ਥੀ ਬੇਟੀ ਨੀ ਸਿਰੋਕ 3 ਘੰਟਾ ਚੱਲ ਲਿਆ ਜਿੰਦਾ ਹੋ ਹੈ ਦਾਦੀ ਇਹ ਉਹ ਵੀ ਖਾ ਲੇ ਕੇ ਗੋਲ ਗੱਪੇ ਵੀ ਖਾ ਲੇ ਹੈ ਹੈ ਗੋਲ ਗੱਪੇ ਖਾ ਲੇ ਹੈ ਆਹੋ ਖਾ ਲਿਆ ਦਾਦੀ ਗੋਲ ਗੱਪੇ ਸਮੋਸੇ ਸਾਰੇ ਖਾ ਲੇ ਹੈ ਆਪਾਂ ਛੱਡ ਦੇ ਆਪਾਂ ਛੱਡਦੇ ਤਬਾ ਨੂੰ ਇੰਨੇ ਤਾਂ ਖਾ ਲਿਆ ਫਿਰ ਦੇਖੀ ਜਾਈ ਸਹੀ ਬਾਤ ਹੈ ਦਾਦੀ ਬਾਤ ਸਹੀ ਹੈ ਦਾਦੀ ਇਹ ਮੇਰਾ ਵੀ ਕਈ ਦਿਨ ਖਤਰ ਸੇ ਨਾ ਦਾਦੀ ਬਥੇ ਇਮਰਾਜ਼ ਭੁੱਲ ਗਿਆ ਕਾਗਜ਼ ਦਬ ਗਏ ਕਾਗਜ਼ ਦਬ ਰਹੇ ਕਿਤੇ ਡੂੰਗਾ ਹੋਰ ਨੁਕਾਮੋਜ਼ ਮਾਰੇ ਤਾਂ ਦਾਦੀ ਦਾ ਲड़का ਹੈ ਹਉ ਤਾਂ ਬਾਤ ਕਰਾਂਗੇ ਰਾਮ ਰਾਮ ਤਾਉ ਰਾਮ ਰਾਮ ਕੀ ਨਾਂ ਮਤਾਂਉ ਰਗਵੀਰ ਆਪ ਕਿਤਨੇ ਸਾਲ ਕੇ ਹੋਗੇ ਤਾਉ 88 ਦਾ 88 ਕੇ ਹੋਗੇ ਹਾਂ ਹਾਂ ਮਤਲਬ ਉਹ ਜੋ ਇੱਕ ਵਾਰ ਲੜਕੀ ਦਾਦੀ ਕੀ ਗੁਜ਼ਰਗੀ ਵਾ ਵੱਡੀ ਥੀ ਆਪ ਤੇ ਵੱਡੀ ਵੱਡੀ ਥੀ ਹਾਂ ਹਾਂ ਤੋ ਉਹ ਤਾਂ ਫਿਰ 90 95 ਕੀ ਹੋਰੀ ਹੋਗੀ ਉਹ ਤਿੰਨ ਸਾਲ ਵੱਡੀ ਦੀ ਮਰ ਤੇ ਤਿੰਨ ਸਾਲ ਵੱਡੀ ਥੀ 99 ਮੇਂ ਕੀ ਹੋਗੀ ਹਾਂ ਤੋ ਦਾਦਾ ਦਾਦੀ ਇਤਨੇ ਸਾਲ ਕੀ ਹੋਏਗੀ 108 ਸਾਲ ਦੀ ਬਤਾਵਾ ਹੈ ਹੋਗੀ ਤੋ ਮਤਲਬ ਇਹ ਪਤੀ ਕਿਤੇ ਨੂੰ ਕਿਨੂੰ ਹੱਟੀ ਕੱਟੀ ਪੜੀ ਹੈ ਖਾਓ ਪੀਓ ਸਹੀ ਹੈ ਆਹਾਂ ਹੈ ਸਹੀ ਖਾਓ ਸਾਰਾ ਸਾਦਾ ਸਹੀ ਸਖਾਓ ਆ ਇਤਨੇ ਬਾਲਕ ਪੜ ਦਿਏ ਦਾਦੀ ਨੇ ਔਰ ਅਰ ਦਾਦੀ ਕਿਆ ਕਰ ਦੇਖ ਲੈ ਪੂਰਾ ਕਿਤਨੇ ਪਰਿਵਾਰ ਮੇ ਕਿਤਨੇ ਸਦਸਿਆ ਹੈ ਪਰਿਵਾਰ ਮੇ ਨਾ ਯਾਦ ਕੋਈ ਨਹੀਂ 40 50 ਹੋ ਗਏ ਸਹੀ ਲੈ ਅੱਛਾ ਔਰ ਔਰ ਪਿੱਢੀ ਕੌਣ ਸੀ ਚੱਲ ਰਹੀ ਦਾਦੀ ਕਿਆ ਕਰ ਚੌਥੀ ना चौथी क्यों होगी ये तो घनी होगी चौथी तो ताई आपने को थे जो वह है वह जो दादी की बड़ी लड़की है उसके भी पड़पोते हो रहे हैं तो चार पीढ़ी तो वे नहीं होगी पड़पोते तो मारे भी हो रहे हैं उसके सड़पोते हो रहे इसका तो मिमागत हो ये तो पड़पोते तो आपको होगी तो चार फीटी तो आपकी होगी और दादी के तक गौर भी होगी एक जदी गई बैठेगी एक, एक खुद की भी लगाई जाग रहे एक पिंडी दीवा भी होया करे ना खुद की खुद की में आप फिर तो पांच होगी हाँ तो पांच होगी पांच छ पिंडी है हां तो दादी ने खूब कमाया है खूब अब दस 10 बालक पाल दिए और

है? और दादी देवी सही बोलना चल रहा है सही मारा को नहीं बोला चल दाम तो आज भी बस बहन कुकर बोला दांत मारे लिख रहे मामे दुख में बोला या बेटी दिखा <laughs> <laughs> और मा, मा ना करे बारी थी बोलना है हाँ अच्छी बात है फिर बैठी दादी में दा इस उम्र में यार दुख देखने लग रही खाम खाई अच्छा और क्या <laughs> एक बात बताओ जब ब्याई आई ਤੋ ਮਤਲਬ ਇਹ ਢੋਰਾ ਜਮਾਇਆ ਕਰਤੀ ਔਰ ਆਏ ਪੁੱਤਣਾ ਚੇਲੇ ਦਾ ਚੇਲਾ ਆਹਾਂ ਯਾ ਤੋ ਬਤਾਉਂ ਦੋਵਾਂ ਦਾ ਤੋ ਦਬਰੀ ਹੈ ਅੱਛਾ ਦੋਦਰਿਆਣੀ ਆਈ ਮੇਰੀ ਹਰਾ ਮੇ ਤਿੰਨਾਂ ਦਾ ਤੋ ਬਸ ਯਾ ਸਮਝੇ ਕਰਦੀ ਚਿੱਟ ਸਹੀ ਹੈ ਫਿਰ ਹਾਂ ਮਾਰਾ ਨੇ ਕਿਆ ਘਾਸ ਲਾਂ ਦੇਦੀ ਸਾਸੂ ਕੋ ਟੋਰਾ ਤੋਣਾ ਚੀਏ ਹਾਂ ਦਾ ਖੂਬ ਸਾਈਸ ਕਾ ਅੱਛਾ

मारे तो उपर वे तो <coughs> <coughs> तो है। है? <coughs> पोते गए पड़पोते गए।, गए पोते की बहु गई बेटी गई दो जमाई गए <coughs> उम्री तो हो रही हो रही थी उम्र थी उम्र थी हाँ बुढ़िया कमरिया ले

अच्छा मतलब वो गाल में कांडू ड्यावे है हां गाल में जावे है जावे है हां जावे पड़ोसन पड़ोसन फेटे आ हां फेटे आ लाठी वाला तो बिक जा राम राम जी आप आप हां मां में पिंड ता का आप पड़ोसन हो हां पड़ोसन हां तो फेटे आ दादी पड़ोस सारे मारा लग भी पहुंच जाए हम सरपंच बनाए हां अच्छा दादी ने वोट डाली जे सरपंच ने वोट डाल के खुश हो के अच्छा तो देखो दादी ने वोट डाली है जे बढ़िया बैठा देखे ओर जो षड़पोता अनुमन बैठा छोटा सा है दादी देख ले के कहे हैं बहू की मैं बेटी बतेरी पार साल ना है हाँ सही बात है उड़गी के अपना कैसे उड़गी <laughs> दादी ने वो तेरी पार साल उड़गी फिर न्यू न्यू गोल करूं जब बेटी मैं वो सही बात है दादी बती एक सौ आठ साल हुआ थोड़ी ना लेकिन है ਇਹ ਤਾਂ ਕਈਂ ਤੇ ਮਾਸ ਇੰਤਾਂ ਮਸੇਜ਼ਾ ਉਹ ਹਾਂ ਸਹੀ ਵਾਟਸ ਨਾ ਬਤੇਰੀ ਬਾਲਸਾ ਉੱਡ ਗਈ ਕੇ ਅਰਦਾਦੀ ਫਿਰ ਸਸੂਆ ਦੇ ਠੋਰਾ ਤੋਂ ਹੋਣਾ ਚਾਹੀਏ ਨਾ ਹੈ ਹੋਣਾ ਚਾਹੀਏ ਨਾ ਸਸੂਆ ਦੇ ਠੋਰਾ ਤਾਂ ਚਾਹੀਏ ਇਹ ਵੀ ਤਾਂ ਸਸੂ ਨੂੰ ਰਹੀ ਹਾਂ ਇਹ ਸੇਵਾ ਕਰ ਰਹਾ ਹੈ ਇਹ ਕਰ ਰਹਾ ਹੈ ਦਾਦੀ ਦੀ ਸੇਵਾ ਸੇਵਾ ਸਾਰੀ ਕਰੀ ਗਿਆ ਤਾਂ ਮੈਂ ਹੈ ਮੇਰਾ ਅੱਛਾ ਗੁੰਦਿਆ ਹੀ ਲੱਗ ਰਿਹਾ ਹੈ ਹਾਂ ਇਹ ਹੀ ਲਿਖ ਰਿਹਾ ਹੈ ਅਰ ਉਹ ਰੀ ਸਾਰੀ ਨਿਆਰੀ ਕਰ ਰੱਖੀ ਹੈ ਦੁਰਦੁਰ ਘਰ ਹੋ ਰਹੀ ਹੈ ਅੱਛਾ ਹਾਂ ਰਵਾੜਾ ਹੈ ਹਾਂ ਅਰ ਫੇਟ ਸਬਤਾ ਹੋ ਹੈ ਹਾਂ ਤੇ ਸਾਰੀ ਸਾਰੇ ਪਚਾ ਦੇ ਹਾਂ एक सदा दीजिए जा निवडा अब जमाए जाइए सारी का है <laughs> उस तौर तो बात बेटी राम राम जी राम राम जी आपका क्या नाम है मेरा सिंदरवा जी और कौन से गांव की बेटी हो खरक पांडव की अच्छा तो मतलब गूंदा पगा लग रहा दादी खाता हां जी रहे? मैं आप पगा लूं ਤੂੰ ਮਤਲਬ ਉਹ ਗੁੰਦ ਮਤਲਬ ਇਹ ਡਲੀ ਸੀ ਉਹਨੂੰ ਕਿਨੂੰ ਖਾਜਾ ਦਾਦੀ ਹਾਂ ਮੜਕ ਮੜਕ ਚਾਬ ਜੇ ਮੜਕ ਮੜਕ ਚਾਬ ਜੇ ਹਾਂ ਸਾਰਾ ਓਕੇ ਗੰਡੇ ਵਿੱਚ ਉਸੇ ਦਾਦੀ ਗੰਡੇ ਵਿੱਚ ਉਸੇ ਭਗੜੇ ਵੀ ਖਾਵਾ ਭਗੜੇ ਵੀ ਖਾਵਾ ਉਹ ਦਾਦੀ ਦੇ ਜੋ ਦੰਤ ਹੈ ਪਹਿਲੇ ਇੱਕ ਦੁਬਾਰਾ ਜਾਮਗੇ ਪਹਿਲੇ ਕਹੇ ਜੀ ਮਜ਼ਬੂਤ ਲੇਰੀ ਹੈ ਮਜ਼ਬੂਤ ਲੇਰੀ ਹੈ ਪਰ ਉਸ ਤੋਂ ਨਹੀਂ ਸੀ ਸੀ ਲੱਗ ਜੁਕਰ ਦੁਬਾਰਾ ਜਾਮਗੇ ਉਸੇ ਲੱਗਦਾ ਅੱਛਾ ਸੇਰਾ ਖਾਵਾ ਆ ਅਰਗ ਬਗਰ ਕੋਨ ਖਾਂਦੇ ਅੱਛਾ ਗੋਲ ਗੱਪੇ ਵੀ ਖਾਏ ਦਾਦੀ ਤਾਂ ਗੋਲ ਸਭ ਸਦਾ ਖਾਵਾ ਜੀ ਆ ਤੂੰ ਮਤਲਬ ਦਾਦੀ ਤਾਂ ਸਾਰੀ ਚੀਜ਼ ਖਾਲੇ ਹੈ ਗੋਲ ਗੱਪੇ ਵੀ ਖਾਲੇ ਹੈ देखो, वो अच्छा एक वो खड़े अरे क्यों रहे ये अच्छा। दो पुत्ते से हम हैं दादी हम पढ़ इसी बेटे के अच्छा

ਹੋਰ ਮੇਰਾ ਲੜਕਾ ਕਿਉਂ ਅਜੇ ਰਕੀ ਨਾ ਮਤਰਾ ਆ ਦੇ ਬੋਲ ਪੜ ਬੋਲ ਪੜ ਬੇਟਾ ਅੱਛਾ ਯੂ ਆਪ ਕੇ ਆ ਲੜਕਾ ਹੈ ਅੱਛਾ ਦਾਦੀ ਇੱਕ ਲੜਕੀ ਹੈ ਇਸ ਪਰ ਅਰੇ ਇੱਕ ਲੜਕਾ ਦਾਦੀ ਸੁਤਰੀ ਸੇਵਾ ਪਾਣੀ ਹੋ ਰਹੀ ਹੈ ਜਮਾ ਵਧੀਆ ਹੋ ਰਹੀ ਹੈ ਨਾ ਅੱਜ ਕੱਲ ਤਾਂ ਵੱਡੇ ਬੁੱਢੇ ਦੀ ਸੇਵਾ ਪਾਣੀ ਹੁੰਦੀ ਕੋ ਨਾ ਆਪਣੀ ਤਾਂ ਸੇਵਾ ਉਰੀ ਓੜਿਸ਼ ਬੇਟੀ ਸੇਵਾ ਉਹ ਦਦੀ ਜੀ ਆ 108 ਸਾਲ ਪਕੜ ਰਹੀ ਹੈ ਹਾਂ ਨਹੀਂ ਕੜਾ ਪਕੜੂ ਥੀ ਨਾ ਕੜਾ ਪਕੜੇ ਥੀ ਹਾਂ ਬੁਖੀ ਤੇ ਚਾਈ ਰਹੂ ਦੇ ਕੋਈ ਸਹੀ ਬਾਤ ਹੈ ਦਦੀ ਨੂੰ ਨਹੀਂ ਆਂਦ ਗਲ ਜੇ ਇਹ ਦਦੀ ਹਾਂ ਗੀ ਬੀਬੀ ਹਜਮ ਹੋ ਜਾ ਹੈ ਹਾਂ ਹਾਂ ਗੀ ਹਜਮ ਹੋ ਜਾ ਦੇਸੀ ਹੋ ਜਾ ਹੈ दी वाली बुआ के तो दस्त लाग जा जो की खा लेता है बहु देख ले मेरी किसी आ <laughs> <laughs> तो रही है तो बोलन सटा सटा बोलन आ रही सही है दादी छाट छाट के ले और... रखी गति हां न्यू कहेंगे ये तो मर्द ही नहीं स्किन रंग दी मैं मेरे तो उम्र बदा है उम्र बदा कहीं जाओ हां कहीं जाओ कहीं जाओ बेटा बाल साल और पोते की बहु कह दादी ਪੋਤੇਆਂ ਕੀ ਕੋਈ ਆ ਰਹੀ ਸਾਂਝ ਬਤਾਵੇ ਹਾਂ ਪੰਜ ਆ ਰਹੀ ਸਾਂ ਪੁੱਤ ਦਾ ਘਰੀ ਇੱਕ ਇੱਕ ਪੁੱਤ ਦਾ ਘਰੀ ਇੱਕ ਪਰ ਪੋਤੇ ਕਾ ਰਹੀ ਹੈ ਪੋਤਾ ਕਾ ਵੀ ਆ ਰਹੀ ਹੈ ਪਰ ਪੋਤਾ ਕਾ ਵੀ ਆ ਰਹੀ ਹੈ ਯੇਰੇ ਸੜ ਸੋਤਾ ਯੇਰੇ ਸੜ ਪੋਤਾ ਦਾ ਮਰੀਆ ਹਮ ਸਹੀ ਪਰਵਾਰ ਜਮਾ ਪੂਰਾ ਬੇਟੀ ਭਗਵਾਨ ਕਾ ਸਰ ਦੇਖ ਐਦਾ ਦੀਤਨਾ ਬੰਡਾ ਪਰਿਵਾਰ ਹੈ ਮੇਰੇ ਦਾਦਾ ਕੀ ਯਾਦਾ ਹੋਏ ਕਦੇ ਦਾਦਾ ਹੀ ਕੇ ਰੰਮੂ ਫੁਲੀ ਲੈਣਾ ਬਬਾ मूंगफली लेना होगा कदे तो याद आती होगी दादी फिर कड़िया खड़े हैं बाट देखता होगा तू जाती है कोने आ नहीं मैंने जाना ही नहीं जाना ही नहीं ना ताड़े रहना है बड़का ही दौर है ਤੇ ਦੇਖੋ ਦਾਦੀ ਦੀ ਉਮਰ ਹੋ ਗਈ 108 ਸਾਲ ਹੈ ਔਰ ਦਾਦੀ ਨੇ ਤਾਂ ਇਹ ਅਮਰਾਜ ਵੀ ਲੈ ਜਾਣਾ ਭੁੱਲ ਗਿਆ ਦਾਦੀ ਦੇ ਕਾਗਜ਼ ਕਾਗਜ਼ ਤੋਂ ਕਿਤੇ ਢੁੰਗੇ ਦਬ ਗਏ ਔਰ ਦਾਦੀ ਦੀ ਉਹ ਜਿੰਨੀ ਕੋਸ ਹੈ ਦਾਦੀ ਦੀ ਉਤਨੀ ਉਮਰ ਵੱਧ ਗਿਆ ਹੈ ਔਰ ਇਹ ਦੇਖ ਲਓ ਦਾਦੀ ਦੀ ਉਹ ਵੀ ਪੂਰੀ ਬੜੀ ਬੜੀ ਉਮਰ ਕੀ ਹੋ ਰਹੀ ਹੈ ਇਤਨੇ ਬੜੇ ਬੜੇ ਉਮਰ ਕੇ ਦਾਦੀ ਦੇ ਬਾਲਕ ਹੋ ਰਹੇ ਹੈ ਔਰ ਇਤਨੀ ਪਿੱਡੀ ਅੱਗ ਹੈ ਅੱਗ ਛੜਪੋਤੇ ਵੀ ਹੋ ਰਹੇ ਹੈ ਔਰ ਯੋ ਬੈਠਾ ਉਹ ਅਨੁਮਾਨ ਬਣਿਆ ਯੋ ਛੜਪੋਤਾ ਹੈ ਅੱਛਾ ਤਾਂ ਸਲਾਹ ਤਾਂ ਲੈ ਕੋਈ ਨਹੀਂ ਅੱਛਾ ਹਾਂ ਅਰ ਤੁਸੀਂ ਮੰ ਗੱਲ ਕੀ ਥਿੰਦੇ ਮੈਂ ਗਿਥੀਆ ਕੇ ਕਰ ਦਿਉ ਮੈਂ ਕੰਮ ਵੀ ਪੂਰਾ ਕਰਾਦਾ ਨਹੀਂ ਉਹ ਹੋ ਜੇ ਨਹੀਂ ਉਹ ਹੁੰਦਾ ਹਾਂ ਤੋ ਕੰਮ ਕਰਦੇ ਹੈ ਹਾਂ ਨੂ ਮੁਖੇ ਕੜ ਰਣ ਦਿਉ ਡੰਗ ਰਣ ਕੇ ਦਾਦੀ ਦੇਖ ਲੈ ਇਹਦਾ ਦੀ ਪਹਿਲੇ ੜੇ ਆਦਮੀਆਂ ਪਰ ਟਿਆ ਕੋ ਨਾ ਦਿੱਤਾ ਕੰਮ ਕਰੇ ਬਣਿਆ ਹਾਂ ਰੁਕਿਆ ਕੋ ਨਾ ਦਿੱਤਾ ਹੋਰ ਅਰ ਚਲ ਦਾਦੀ ਇਤਨੇ ਕੰਮ ਕਰੇ ਜਾ ਇਤਨੇ ਉਹ ਸਰੀਰ ਵੀ ਚੱਲੇ ਜਾ ਹੈ ਹੋਰ ਮਰਦੂਰ ਬਿਨਾ ਲੈ ਚੱਲ ਨਹੀਂ ਤੋ ਗੋਡੇ ਕੋਈ ਕੰਮ ਕਰੇ ਕੰਮ ਕਰੇ ਹਾਂ ਐ ਦਾਦੀ यो चुंडाई बीबी के वावे है ई भी करा हूँ कौन करे चुंडाई बे बहू करते हैं बहू करते हैं कर हाँ अच्छा दो दे कर दें दे कर दे। कर दे। पारे दे दे। हाँ। ना ना दे जो वा करते वा करते 10 रुपया दे दिया हाँ ए दादी यो सलवार कुर्ता कते पहनना लगी है तो ये भैया त ली से तो पहन लगे सा भी पहलो तो पहरे कौन करा थे दामन पहरे कर दे तो फिर ये छोड़ गई ये पैर ने शुरू कर दी हाँ। तो दमन तो पैर का चलना भी मुश्किल जाता होगा के ये भी तो इवी तो के चल पहले तो पूरे बारे बारे दमन पैर करते दूर दमन पैर करते दे अच्छा बहु भी दमन पैर का थी हाँ बहु दमन पैर के आई ऊंचे सिर करा के अच्छा और

ਨਮਕਾ ਗਾ ਪੜਦੀ ਆ ਰੀ ਦਾਦੀ ਕੀ ਖਾਵਾ ਹੈ ਗੰਡਾ ਸੁਸਾ ਹੈ ਗੋਲ ਗੱਪੇ ਵੀ ਖਾਲੇ ਹੈ ਬਣੀ ਸਿਹਰੀ ਹੈ ਦੀ ਸੁੱਤੇ ਮੈਂ ਠੰਦੀ ਵੀ ਦੇਮ ਲਿਆਵਾ ਮੇਰੇ ਬੇਟਾ ਕਿਲੋ ਕਿਲੋ ਪੋਕੇ ਬਦਾਮ ਵੀ ਖਾਓ ਦਾਦੀ ਹਾਂ ਦੜ ਦੜ ਚਾਬ ਜਾਂ ਨੁਕਾਗਾ ਮਾਂ ਵੀ ਦੇਮ ਖਾਈ ਕਰ ਬਦਾਮ ਖਾਇਗਾ ਦਾਦੀ ਕੇ ਦਾਤ ਵੀ ਮਜ਼ਬੂਤ ਪੜੇ ਹੈ ਸਹੀ ਦਾਦੀ ਮੋਜ਼ ਹੋ ਰਹੀ ਹੈ ਮੋਜ਼ ਹੋ ਰਹੀ ਬੇਟੀ ਇਹ ਬਤਾ ਚਾਹ ਰਾਮ ਕਿੰਨੇ ਸਾਲ ਹੋਰ ਬਿਠਾਈ ਰੱਖੋ ਨੂੰ ਅੱਤ ਸਾਲ ਤੇ ਹੱਥ ਫੈਰਾ ਤੇ ਉਹ ਰੋੜੇ ਕੇ ਉਹ ਰੋੜੇ ਲੈਣਾ ਹੈ ਕਿ ਮम्मा ਕਾ ਜਾਣਾ ਹੈ ਹਾਂ ਉਰੇ ਮਾਰੇ ਪਰਵਾਰ ਮੈਂ ਬਿਠੇ ਉਹ ਰੋੜੇ ਬਈ ਸਹੀ ਬਾਤ ਵਾ ਬਣਾਉਗਾ ਕ ਮੈਂ ਸੁਣਾਉਗਾ ਐ ਦਾਦੀ ਕਦੇ ਸੁਪਨੇ ਮਾਤਾ ਨਹੀਂ ਹੈ ਮਰਾਜ਼ ਹੈ ਕਦੇ ਅੱਤਾ ਨਹੀਂ ਨੂੰ ਕੱਤਾ ਨਹੀਂ ਚਾਲੇ ਨਾ ਕੋਨੇ ਅੱਤਾ ਨਾ ਮੈਂ ਕਦੇ ਸੁਪਨੇ ਵਾ ਕੇ ਕਹਤਾ ਚਾਲ ਕਚਾਲੀ ਬੁਢੀਆ ਨਾ ਇਹ ਕੀ ਆ ਬਥੋ ਗਿਆ ਟੁੱਟ ਗਿਆ ਤਾ तो देखो दादी 108 साल की हो रही है एक सौ साल की उम्र थोड़ी को ना उतनी बहुत उम्र हुआ है और आप देख सको तो पूरा परिवार को ना बाहर जा रहा है कुछ परिवार था कुछ नहीं है लेकिन जो आ था वो सारे आ गए थे तो देख लो मतलब दादा के दादी के बालक भी कितने बड़े बड़े हो रहे हैं हर दादी ने इतना बड़ा मतलब पचपन साठ आदमियों का कुणबा छोटा कुणबा कोने कुण उतता मतलब एक लोहे दोरे का पूरा कस्बा हो गया पचपन साठ इतने आदमी हो गए तो और दादी भी देख लो क्यों ट्रक ਟੋਕ ਟੋਕ ਕਿਉਂ ਕਰ ਬਾਤ ਕਰੈ ਨੂੰ ਪਟਕ ਪਟਕ ਬਾਤ ਕਹਿਦੇ ਹੈ ਐਦੋ ਦਿਨ ਪਟਕ ਕੇ ਠਾ ਦੇ ਬੰਤਾ ਕੇ ਅਰੇ ਉਹ ਚੋਕਸ ਪੜੀ ਦਾਦੀ ਅਰ ਕੰਮ ਕਰਦੇ ਹੈ ਮੈਂ ਸ਼ਾ ਗਨਿਆਰ ਗਿਰ ਦੇ ਵੈ ਨਿਆਰ ਕਾਟ ਦੇ ਵੈ ਗੀ ਵੀ ਪੂਝ ਦੇ ਵੈ ਰਹੀ ਮੈਂ ਤਾਂ ਗੋभी ਲਾਟ ਦੇਗੀ ਇਹ ਬਬੂ ਇਹ ਕਿਹ ਗਾਮ ਬਿੱਗੀ ਅੱਛਾ ਐ ਕਿ ਥੋੜਾ ਪਦਾਰ ਕੋਨ ਲਿਕੜੀ ਦਾਦੀ ਦਾਰ ਤੋਂ ਕੋਨ ਲਿਕੜਦੀ ਮੈਂ ਦਾਰ ਕਾਟਣ ਦਾ ਕਿ ਹੂੰ ਐ ਕਿ ਮਨੇ ਕਿ ਬੇਰਾ ਫੋਟੋ ਤਰ ਗਿਆ ਅੱਛਾ ਐ ਕਿ ਥੋੜੀ ਅੰਦਰ ਰਗੇਰ ਦੀ ਆਏ ਸੋਨਾ ਏ ਆਇਆ ਇਹ ਦੇਮਾਦਾਰ ਕੱਢਣ ਲੱਗੇ ਰੀ ਬਾਲਟੀ ਵਿੱਚ ਰੱਖੇ ਅੱਛਾ ਹੋਰ ਦਾਦੀ ਧਾਰਮੀ ਕੱਢ ਲਏ ਹਾਂ ਇਹ થોੜਾ ਪਤਾ ਲਿਕੜੀ ਕੋ ਨਹੀਂ ਲਿਕੜੀ ਕੋਨੇ ਅਰੀਆ ਬਿਆਬੰਦਾਰੀ ਥੀ ਹਮ

ਸਨਾਤਬ ਤਲਾਇਆ ਹੋਇਆ ਹੈ ਮਤਲਬ ਦਾਦੀ ਤੰਦਰੁਸਤ ਹੋਰੀ ਐ ਨਾ ਤੇ 108 ਸਾਲ ਦੀ ਉਮਰ ਮੈਂ ਮਤਲਬ ਬਹੁਤ ਸਾਰੇ ਕੀ ਹਾਲਤ ਹੀ ਸੇ ਹੋ ਗਿਆ ਹੈ ਕਿ ਮਤਲਬ ਘਰ ਕੇ ਵੀ ਨੂੰ ਕਹਿਣ ਲੱਗ ਜਾ ਕਿ ਇਹਨੇ ਠਾ ਲੈ ਲੇ ਲੇਕਿਨ ਇਹ ਜਬ ਤੀ ਚੱਲੇ ਜਾਤ ਪੈ ਰਹੇ ਤੋ ਮਤਲਬ ਇਤਿ ਕੰਮ ਕਰੇ ਜਾ ਹੈ ਲੱਗੀ ਰਹੇ ਦਾਦੀ ਬੜੀਆ ਬੋਲਾ ਚੱਲ ਦਾਦੀ ਦਵਾਈ ਦੋ ਇਤਨੀ ਖਾਤੀ ਨਾ ਦਵਾਈ ਕੋਈ ਖਾਂਦੀ ਕੋਨੇ ਖਾਤੀ ਵਾਦਾ ਦੀ ਮੋਜ਼ ਕਰਦੀ ਤੋ ਦਾਦੀ ਦਵਾਈ ਵੀ ਨਹੀਂ ਖਾਤੀ ਸਭ ਤੋਂ ਬੜੀਆ ਬਾਤ ਇਹ ਆ ਹੈ ਕਿ ਤੰਦਰੁਸਤ ਹੈ ਬਿਲਕੁਲ ਅ ਸਾਰੀ ਚੀਜ਼ ਖਾਲੇ ਸਾਰੀ ਚੀਜ਼ ਦਾਦੀ ਕਾ ਹੈ ਅਜਮ ਹੋਇਆ ਹੈ ਪੂਰਾ ਵੱਡਾ ਪਰਿਵਾਰ ਹੈ ਪਰਿਵਾਰ ਮੇਂ ਕੁਛ ਵੀ क्योंकि दादी सब तो बड्डी है उम्र में और सारे मेर तैर कर रहे हैं बढ़िया परिवार है तो देखो दादी हर दे के बारे में आपने ज़रूर बताना है कमेंट में और तस्वीरों को ज़्यादा से ज़्यादा शेयर करना है अगर आपके आसपास भी इतनी उम्र की दादी ताऊ दादा कोई है तो ज़रूर बताइए कमेंट बॉक्स में वहाँ भी आना चाहेंगे कुछ पुरानी बातें कुछ पुरानी संस्कृति की बातें पूछना चाहेंगे तो ज़रूर बताना है तस्वीरों को ज़्यादा से ज़्यादा शेयर करना फिर मिलेंगे दोस्तों जय हिंद